ਅੱਜ ਆਪਾਂ ਘਰ ਦੀਆਂ ਛੱਲੀਆਂ ਤੋਂ ਬਣਾਵਾਂਗੇ ਮਸਾਲਾ ਘਰ ਬਹੁਤ ਹੀ ਟੇਸਟੀ ਬਣਦੇ ਆ ਤੇ ਈਜ਼ੀ ਆ ਸਭ ਤੋਂ ਪਹਿਲਾਂ ਆਪਾਂ ਨਰਮ ਛੱਲੀ ਲੈ ਲਵਾਂਗੇ ਛੱਲੀ ਬਿਲਕੁਲ ਨਰਮ ਹੋਣੀ ਚਾਹੀਦੀ ਹੈ ਤੇ ਆਪਾਂ ਦਾਣੇ ਕੱਢ ਲਵਾਂਗੇ ਤੋੜ ਕੇ ਛੱਲੀ ਦੇ ਦਾਣੇ ਕੱਢਣ ਤੋਂ ਬਾਅਦ ਆਪਾਂ ਇੱਕ ਕਿਸੇ ਖੁੱਲੇ ਪਾਣੇ ਦੇ ਵਿੱਚ ਪਾਣੀ ਪਾ ਲਵਾਂਗੇ ਤੇ ਉਹਦੇ ਵਿੱਚ ਛੱਲੀਆਂ ਪਾ ਕੇ ਉਬਾਲ ਲਾਵਾਂਗੇ ਜਦੋਂ ਤੱਕ ਸੌਫਟ ਨਹੀਂ ਹੋ ਜਾਂਦੀਆਂ ਬਾਜ਼ਾਰ ਵਰਗਾ ਟੇਸਟ ਦੇਣ ਵਾਸਤੇ ਇੱਕ ਚਮਚੇ ਦੇ ਵਿੱਚ ਵੱਡਾ ਚੀਨੀ ਦਾ ਪਾਵਾਂਗੇ ਛੱਲੀਆਂ ਆਪਣੀਆਂ ਪੱਕ ਕੇ ਰੈਡੀ ਹੋ ਗਈਆਂ ਆਪਾਂ ਇਹਨਾਂ ਨੂੰ ਉਤਾਰ ਲਵਾਂਗੇ ਕਿਸੇ ਵੀ ਟੋਕਰੀ ਜਾਂ ਛਾਣਨੀ ਦੇ ਵਿੱਚ ਇਹਨਾਂ ਇੱਕ ਦਾਣਾ ਤੁਸੀਂ ਹੱਥ 'ਚ ਦਬਕੇ ਦੇਖ ਲੈਣਾ ਪੱਕ ਗਿਆ ਜਾਂ ਨਹੀਂ ਜੇ ਦਬਿਆ ਗਿਆ ਬਿਲਕੁਲ ਮਤਲਬ ਪੱਕ ਗਿਆ ਆਪਾਂ ਬਣਾ ਰਹੇ ਹਾਂ ਮਸਾਲਾ ਕੋਰਨ ਐਸੀ ਲਈ ਆਪਣੇ ਕੋਲ ਨਾਣ ਮਿਰਚ ਨਿੰਬੂ ਚਾਟ ਮਸਾਲਾ ਥੋੜਾ ਹਰਾ ਧਨੀਆ ਪਾ ਲਵਾਂਗੇ ਛਲੀਆਂ ਦਾਣੇ ਕੋਲੀ ਵਿੱਚ ਕੱਢ ਕੇ ਇਹਦੇ ਵਿੱਚ ਇੱਕ ਚਮਚਾ ਜੱਪਾ ਮੱਖਣ ਦਾ ਪਾਵਾਂਗੇ ਸਾਰਾ ਕੁਝ ਗਰਮ ਗਰਮ ਦੇ ਵਿੱਚ ਹੀ ਪਾਉਣਾ ਠੰਡੇ ਨਹੀਂ ਹੋਣ ਦੇਣੇ ਛਲੀਆਂ ਨੂੰ ਬਾਕੀ ਸਾਰੇ ਮਸਾਲੇ ਵੀ ਨਾਲ ਹੀ ਐਡ ਕਰ ਦਵਾਂਗੇ ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਨਾਲ ਹੀ ਜਿਹੜਾ ਨਿੰਬੂ ਲਿਆ ਸੀ ਉਹ ਨਚੋੜ ਦਵਾਂਗੇ ਜੀ ਤੇਸਟੀ ਤੇ ਹੈਲਦੀ ਮਸਾਲਾ ਕੋਰਨ ਆਪਣੇ ਮਨ ਕੀ ਤਿਆਰ ਹੈ। ਹਲਦੀ ਟੇਸਟੀ ਰੈਸਪੀ ਸਿੱਖਣ ਲਈ ਚੈਨਲ ਨੂੰ ਫੋਲੋ ਕਰੋ ਜੀ।